ਪੰਥ ਦੀ ਧੀ ਬੀਬੀ ਗੁਰਪ੍ਰੀਤ ਕੌਰ, ਜਿਸ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਖੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਅਨਾਥ ਕਹਿ ਕੇ ਕਰ ਦਿੱਤਾ ਸੀ। ਪਰ ਬੀਬੀ ਗੁਰਪ੍ਰੀਤ ਕੌਰ ਨੂੰ ਪੰਥ ਦੀ ਧੀ ਮੰਨਦੇ ਹੋਏ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿੱਥੇ 3 ਰੋਜ਼ ਪਹਿਲਾਂ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਉਪਰੰਤ ਰਾਗੀ ਜਥਿਆਂ ਨੇ ਬੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਅੰਤਿਮ ਅਰਦਾਸ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਵੱਲੋਂ ਕੀਤੀ ਗਈ। ਇਸ ਮੌਕੇ ਸ਼ਰਧਾਂਜਲੀ ਸਮਾਰੋਹ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਬੀਬੀ ਗੁਰਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਜਿਸ ਵੇਲੇ ਖਬਰ ਸਾਨੂੰ ਚੰਡੀਗੜ੍ਹ ਤੋਂ ਆਈ ਤਾਂ ਇੱਕਦਮ ਸੀਨੇ 'ਤੇ ਖੰਜਰ ਵਾਂਗੂ ਖੁੱਭੀ ਇਹ ਖਬਰ ਕਿ ਇੱਕ ਅੰਮ੍ਰਿਤਧਾਰੀ ਬੀਬੀ ਔਰ ਜਿਹੜੀ ਬੀਬੀ ਨੇ ਐਡੇ ਵੱਡੇ ਕਾਜ ਲਈ ਆਪਣਾ ਜੀਵਨ ਦਾਅ 'ਤੇ ਲਾਇਆ ਹੋਵੇ ਔਰ ਐਡੀ ਕਠਿਨ ਮੌਤ, ਇੰਨੀ ਭਿਆਨਕ ਮੌਤ ਉਹਨੇ ਪ੍ਰਵਾਨ ਕੀਤੀ ਹੋਵੇ, ਸੜ ਕੇ ਮਰਨਾ ਜਿਉਂਦੇ ਜੀ ਬਹੁਤ ਔਖਾ, ਔਰ ਮਹੀਨਿਆਂ ਬੱਧੀ ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਲੜਾਈ ਲੜਦੀ ਰਹੀ ਹੋਵੇ, ਉਸ ਪੰਜਾਬ ਦੀ ਪੰਥ ਦੀ ਧੀ ਨੂੰ ਅੰਤਿਮ ਸੰਸਕਾਰ ਵੇਲੇ ਕਿਹਾ ਜਾਵੇ ਕਿ ਲਵਾਰਸ ਹੈ, ਇਹਦਾ ਕੋਈ ਵਾਰਸ ਨਹੀਂ। ਇਸ ਗੱਲ ਨੂੰ ਲੈ ਕੇ ਸਰਦਾਰ ਹੇਰਾਂ ਸਾਹਿਬ, ਉਹਨਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਸਨ ਅਤੇ ਇੱਕਦਮ ਸਾਡੇ ਕੋਲ ਕਹਿਣ ਲਈ ਕੋਈ ਲਫ਼ਜ਼ ਨਹੀਂ ਸੀ ਕਿ ਇਹਦੇ ਜਵਾਬ ਵਿੱਚ ਕੀ ਕਿਹਾ ਜਾਵੇ। 10 ਮਿੰਟ ਦੀ ਚੁੱਪ ਤੋਂ ਬਾਅਦ ਫਿਰ ਇਹ ਫੈਸਲਾ ਕੀਤਾ ਕਿ ਪੰਥ ਦੀ ਧੀ ਜਿਸ ਬੀਬੀ ਨੇ ਅੰਮ੍ਰਿਤ ਛਕਿਆ ਹੋਵੇ, ਪੰਜਾਬ ਦੀ ਧੀ ਅਣਖੀ ਲੋਕਾਂ ਦੇ ਘਰ ਜਿਹੜੀ ਜੰਮੀ ਹੋਵੇ, ਉਹ ਕਦੇ ਵੀ ਲਵਾਰਸ ਨਹੀਂ ਹੋ ਸਕਦੀ। ਅਸੀਂ ਚੰਡੀਗੜ੍ਹ 16 ਸੈਕਟਰ ਜਦੋਂ ਗਏ, 3 ਮੈਂਬਰ ਸਨ, ਉੱਥੇ ਪੁਲਿਸ ਵਾਲਿਆਂ ਨੇ ਉਹ ਬੀਬੀ ਦੇ ਦਰਸ਼ਨ ਕਰਨ ਨੂੰ ਵੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ। ਮੈਂ ਪੁੱਛਣਾ ਕੀਤਾ ਵੀ ਇਹ ਬੀਬੀ ਦਾ ਪਿੰਡ ਕਿਹੜਾ, ਇਹਦੇ ਬਾਪ ਦਾ ਕੀ ਨਾਂ ਹੈ, ਸਾਨੂੰ ਕਿਤੋਂ ਪਤਾ ਨਹੀਂ ਲੱਗਿਆ। ਪਰ ਮੇਰਾ ਇੱਕ ਦੋਸਤ ਹੈ ਸਰਦਾਰ ਜਗਜੀਤ ਸਿੰਘ, ਜਿਹੜਾ ਕੈਨੇਡਾ ਟੋਰਾਂਟੋ ਵਿੱਚ ਬੈਠਾ ਹੋਇਆ, ਉਹ ਉਹਨਾਂ ਸਮਿਆਂ ਦੇ ਵਿੱਚ ਕੈਨੇਡਾ ਪਹੁੰਚਿਆ ਸੀ ਜਦੋਂ ਇਸ ਧਰਤੀ ਦੀ ਹਿੱਕ ਦੇ ਉੱਪਰ ਮੌਕੇ ਦੀ ਹਕੂਮਤ ਦਾ ਰਾਜ ਭਾਗ ਚਲਾਉਣ ਵਾਲੇ, ਜਿਹੜੇ ਅੱਜ ਵੀ ਚਲਾਉਂਦੇ ਨੇ ਰਾਜ ਭਾਗ, ਉਹਨਾਂ ਵੱਲੋਂ ਦੁਖੀ ਸਨ। ਉਹ ਕਹਿੰਦੇ ਬੀਬੀ ਦੇ ਵਾਰਸ ਸਨ, ਅੱਜ ਵੀ ਇੱਕ ਵਾਰਸ ਹੈ, ਲੇਕਿਨ ਉਹਨਾਂ ਦਾ ਪਤਾ ਨਹੀਂ ਸਾਨੂੰ ਲੱਗ ਰਿਹਾ। ਅਸੀਂ ਵੀ ਇਹ ਭਾਲ ਕਰਦੇ ਹਾਂ ਵੀ ਉਹ ਰਹਿੰਦੇ ਕਿੱਥੇ ਨੇ। ਇਹਨਾਂ ਜ਼ਰੂਰ ਪਤਾ ਸੀ ਕਿ ਬੀਬੀ ਦੇ ਜਿਹੜਾ ਨਾਨਕਾ ਪਰਿਵਾਰ ਆ, ਉਹਨਾਂ ਦੀ ਟਰੱਕਾਂ ਦੀ ਆਪਣੀ ਟਰੱਕਾਂ ਦਾ ਕਾਰੋਬਾਰ ਕਲਕੱਤੇ ਵਿੱਚ ਹੈ, ਇਹ ਨਹੀਂ ਪਤਾ ਉਹਨਾਂ ਦਾ ਨਾਂ ਕੀ। ਇੱਕ ਗੱਲ ਮੈਂ ਹੋਰ ਸਾਂਝੀ ਕਰ ਦੇਵਾਂ ਕਿ ਜੇ ਕਿਤੇ ਸਾਡੀ ਕੋਈ ਭੈਣ ਪੰਦਰ ਦੀ ਅਖਵਾਉਣ ਵਾਲੀ ਵਾਰਸ ਕਹੀ ਜਾਂਦੀ ਹੈ ਜਿਹੜੀ, ਉਹ 14 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਰਾਂ ਦੇ ਵਿੱਚ ਰੂਮ ਨੰਬਰ 14 ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੀ ਹੈ, ਅਤੇ ਅੱਜ ਉਸ ਰੂਮ ਨੂੰ ਹਾਲੇ ਵੀ ਤਾਲਾ ਲੱਗਾ ਹੋਇਆ। ਜਦੋਂ ਪਤਾ ਲੱਗਾ ਕਿ ਬੀਬੀ ਸਰੀਰ ਛੱਡ ਗਈ, ਸਵਾਸ ਤਿਆਗ ਗਈ, ਅਸੀਂ ਦਰਬਾਰ ਸਾਹਿਬ ਗਏ, ਮੈਨੂੰ ਜਗਜੀਤ ਸਿੰਘ ਤੋਂ ਪਤਾ ਲੱਗਾ ਸੀ ਕਿ ਅਸੀਂ 14 ਨੰਬਰ ਕਮਰੇ 'ਚ ਆ ਕੇ ਉਹ ਸਲਵਾਰਸ ਬੀਬੀ ਦੀ ਸਹਾਇਤਾ ਵਾਸਤੇ, ਉਹਦੀ ਪੜ੍ਹਾਈ ਵਾਸਤੇ ਖਰਚਾ ਵੀ ਦੇ ਕੇ ਜਾਂਦੇ ਰਹੇ। ਉਹਦਾ ਭਰਾ ਜਿਹੜਾ ਗੁਰਜੰਟ ਸਿੰਘ ਸੀ, ਉਹ ਵੀ ਇਹਨਾਂ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਇਆ। ਭੈਣ ਦਾ ਬਾਪ ਸਰਦਾਰ ਬਸਨ ਸਿੰਘ, ਉਹ ਵੀ ਇਹਨਾਂ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਇਆ। ਉਹਦੀ ਮਾਤਾ ਸਰਜੀਤ ਕੌਰ, ਇਹਨਾਂ ਜ਼ਾਲਮਾਂ ਨੇ ਕੋਹ ਕੋਹ ਕੇ ਮਾਰੀ,
मैं इन्हां ज़ालमां नूं इह गल दस देवां कि साडी हमदर्दियां दी जिहड़े अज गुरु की गोद विच जुड़ बैठे ने सच्ची ते सुच्ची सरदारांजलि इह है। असीं अरदास करांगे पातशाह जिन्हां ने इस बीबी नूं लवारस कह के संस्कार कीता कह के करवाया इन्हां नूं तुहाडे दर विच ढोई ना मिले। साडी सारी ट्रस्टी प्रबंधक साडे विद्यार्थियों वालों उस बीबी जी नूं इह शरदांजलि है कि जिस तरह अपने वास्ते सिखिया कि जिस तरह उस बीबी ने एक जुल्म दे बेरोजगारी दे जुल्म दे बार खिलाफ लड़दिया होया अपनी जान तक की परवाह नहीं की थी। इन्हां पापिया ने अपना पर्दा लुकाउण की खातर कि साडियां कमजोरियां ना जाहर हो जाण उहदी खातर उन्हों लवारस कह के संस्कार किया। अज अदारा पहरेदार ते बाकी सारिया संस्थावां ने मिल के जो ये कार्य किया मैं सारे का धन्यवाद करदा। इन बेनतियां करते हुए खिमत जाचक है हर बंदे नूं जन्म बाद च मिलदा उहदी मौत का समा जिहड़ा उह पहला लिखा जाता है। जिहड़ा इत्थे आया उहने जाना एक दिन हर बंदे ने जाना है। हर धर्म के जदों कोई बंदा मरदा है तां उहदे निमित्त जिहड़ा है उहनां इकट्ठ हुंदा है जिस तरह का भी रोडी धर्मां दा कीता इकट्ठे हुंदे ने लोग उस विछड़ी आत्मा दे ਨੂੰ ਸ਼ਰਧਾਂਜਲੀ ਭੇਟ ਕਰਦੇ ਨੇ। ਜਦੋਂ ਅਸੀਂ ਕਿਸੇ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਦੋ ਗੱਲਾਂ ਦੇਖੀਆਂ ਜਾਂਦੀਆਂ ਨੇਗੀਆਂ, ਇੱਕ ਤਾਂ ਉਹਦਾ ਜੀਵਨ ਅਤੇ ਦੂਸਰੀ ਉਹਦੀ ਮੌਤ ਵੀ ਉਹ ਗਿਆ ਕਿਵੇਂ ਹੈ ਅਤੇ ਜੀਵਿਆ ਕਿਵੇਂ ਹੈ। ਜੀਵਨ ਬਾਰੇ ਧਨੌਲਾ ਸਾਹਿਬ ਨੇ ਦਲਬਰ ਆਪਣਾ ਪੰਬੇ ਪਰਵਾਹ ਜੀ ਨੇ ਇਹਨਾਂ ਨੇ ਬਹੁਤ ਦੱਸ ਦਿੱਤਾ ਵੀ ਉਹ ਬੀਬੀ ਦਾ ਕਿਸ ਤਰ੍ਹਾਂ ਦਾ ਜੀਵਨ ਸੀ। ਮੈਂ ਗੱਲ ਕਰੂੰਗਾ ਸਿਰਫ ਮੌਤ ਦੀ। ਮੌਤ जो पंजाब दे विच वंडी जा रही है जिस तरह दीआं मौतां हो रही नेगियां वह वाकई दशमेश पिता जी इस धरती ते खालसे की जन्म भूमि की धरती ते बचदे खालसे लई एक चैलेंज ने जिहनूं खालसे नूं कबूल कर लेना चाहिए। हुण अखीर हो चुकी है। दूसरी गल इह है पहला कहा भी उस रंगजेब जां जकरिया खान वर्गे हाकम तों लोक डरदे ने। ये स्पष्ट कर देना अज चिट्टे दिन वाली गल है कल हो चुका है भी डरदा डुरदा कोई नहीं डरता वो आप गए ने हुण इस वेले बसा के मगर मूहरे गड्डिया ला के चलाउण दी भी कोशिश की पर फिर भी वह डरते ने लोग रोह तो अपनिया बसा तक बंद कर लिया ने। इस वेले ये जिहड़ा एक गुरप्रीत की कह लिए जां उह बीबी अर्शदीप कौर की मौत की गल नहीं है ये जिहड़ी गल है हुण ये जिहड़ा संघर्ष असीं शुरू किया है जिहड़ा ये लोग रोह बज्जा है इहनूं इस माफिया राज के खात्मे तक चलाया जाए। गुरु साहब का ओट आसरा लैके वाहेगुरु जी का खालसा वाहेगुरु जी खालसा जी। असी एक कौमी कारज दे विच जुटे हुए हैं भावें ये कितनियां भी घनौलियां कारवाइयां कर लैन पर मैनू लगता है ਬਈ ਜਿਹੜੀ ਸਾਡੀ ਕੌਮ ਹੈ ਸਿੱਖ ਕੌਮ ਹੈ ਇੱਕ ਸੁਚੇਤ ਕੌਮ ਹੈ। ਅੱਜ ਜਿਸ ਤਰ੍ਹਾਂ ਪਹਿਰੇਦਾਰ ਅਖਬਾਰ ਨੇ ਜਾਂ ਭਾਈ ਸਾਹਿਬ ਫੇਰਾਂ ਨੇ ਇਹ ਇਨੀਸ਼ੀਏਟਿਵ ਲਿਆ ਕਿ ਸਾਡੀ ਇਹ ਬੱਚੀ ਲਾਵਾਰਸ ਨਹੀਂ ਆ, ਅਸੀਂ ਸਾਰੀ ਕੌਮ ਅਤੇ ਸਾਰੇ ਲੋਕ ਇਹਦੇ ਵਾਰਸ ਹੈ। ਦੋ ਜਹਾਨ ਦੇ ਵਾਲੀ ਵਾਲੀਏ ਕੁਲ ਆਲਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੋਦਾ ਨੇ ਕੁਮਾਰੀ ਸਾਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿੱਥੇ ਉਸ ਆਪਣੀ ਛੋਟੀ ਭੈਣ ਉਹਦੀ ਯਾਦ ਵਿੱਚ ਜੁੜੇ ਹਾਂ ਅਤੇ ਅੱਜ ਦਾ ਜਿਹੜਾ ਇਹ ਸਮਾਗਮ ਰੱਖਿਆ ਗਿਆ ਇਹਦੇ ਪਿੱਛੇ ਜਿਹੜੀ ਮੇਰੀ ਮਨ ਦੀ ਵੇਦਨਾ ਉਹ ਮੈਂ ਕੌਮ ਨਾਲ ਸਾਂਝੀ ਕਰਨ ਦੇ ਲਈ ਵਿਸ਼ੇਸ਼ ਰੂਪ ਦੇ ਵਿੱਚ ਜਿਸ ਤਰ੍ਹਾਂ ਧਨੌਲਾ ਸਾਹਿਬ ਨੇ ਗੱਲ ਕੀਤੀ ਸੀ ਕਿ ਜਦੋਂ ਇਹ ਖਬਰ ਸਾਡੇ ਤੱਕ ਪੁੱਜੀ ਕਿ ਉਸ ਬੀਬੀ ਦਾ ਲਵਾਰਸ ਲਾਸ਼ ਕਹਿ ਕੇ ਸੰਸਕਾਰ ਕੀਤਾ ਗਿਆ ਅਤੇ ਜਿਹੜੀ ਮਨ ਨੂੰ ਪੀੜਾ ਹੋਈ ਜਿਹੜਾ ਦਰਦ ਹੋਇਆ ਸ਼ਾਇਦ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਸ਼ਬਦ ਸਫਾਸ ਨਹੀਂ ਦਿੰਦੇ। ਦਸ਼ਮੇਸ਼ ਪਿਤਾ ਦੀ ਧੀ ਮਾਤਾ ਸਾਹਿਬ ਕੌਰ ਦੀ ਧੀ ਅਤੇ ਉਹਨੂੰ ਲਵਾਰਸ ਆਖ ਕੇ ਉਹਦਾ ਸੰਸਕਾਰ ਕੀਤਾ ਹੋਵੇ ਅਤੇ ਕੌਮ ਜਾਗੇ ਨਾ। ਅਗਲੀ ਘਟਨਾ ਬਾਪੂ ਸੂਰਤ ਸਿੰਘ ਖਾਲਸਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਉਹਨਾਂ ਦਾ ਅਧਿਕਾਰ ਹੈ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਕੌਮ ਦਾ ਕੌਮੀ ਮੁੱਦਾ
कि वह कौमी संघर्ष लिए जेडे सिंह जेलों में अपनी जवानी गाल बैठे ने जे अज कानून उन्होंने धक्का कर रहा देश के हाकम उन्होंने धक्का कर रहा देश का संविधान उन्होंने धक्का कर रहा तो कौम का फर्ज है कि उस धक्के के विरुद्ध संघर्ष करे लड़ाई लड़े तो बापू सूर सिंह खालसा का संघर्ष 108वें दिन पुज चुका परंतु कौम जागती विखाई नहीं दे रही। अगली गल जी इन दिनों वापर रही है साढ़े सामने असी बार बार उस गल बारे चिंता कर रहे हैं कि जी गल मोगा कांड वापरिया तो वह कांड क्यों वापरिया पंजाब दे विच माफिए का राज आ पंजाब दे विच जंगल का राज आ असी सारे सिर सुट के उस राज नूं उस जुल्म नूं उस धक्के नूं बर्दाश्त कर रहे हैं आखिर क्यों। सो ये सारिया गल्लां जिहड़ियां साडे सामने ने अज कौम दे सामने जिहड़ी चुनौती आ ते इस गल दा प्रमाण लैण लई कि की कौम दे विच बाबा बोता सिंह ते बाबा गरजा सिंह दे वारस जिउंदे ने सो अज उस गल दे लई सरकारां भी सानू टीका ला के वेखदियां ने ते अज कौम नूं इह टीका ला के वेखण लई उस बीबी दे निमित्त इह अज समागम कीता गया। लुधियाणा तों जसवीर हेरा पहरेदार टीवी।